हेलो एवरीवन, की हाल चाल दोस्तों। स्वागत है तुहाडा यूरो ट्रक सिमुलेटर दे विच। दे एपीसोड साडा चल रहा है ट्रकिंग इन यूरोप। ते किस्त हैगी है साडी, ये चौथी चौथी है ना। ते अज आपां अगे अपना सफर जारी करांगे। माफी चाहुंदा, काफ़ी दिनों बाद मैं रिकॉर्डिंग कर लगा। अज थोड़ा मसला जिहा पिया सी। असीं हैगे हाँ लिंज, लिंज पहुँचे हुए हाँ आपां अस्टरिया दे विच। इतों अगे अज आप मूव करांगे फटाफट, क्योंकि जॉब वेखते हैं कि हैगी है। अज नाले एक होर काम किया है मैं, प्रो मोड डाउनलोड किए हुए हैं। प्रो मोड के नाल यह है कि एक थर्ड पार्टी मोड्स है जो तो जो मैप्स जिन्हें भी थोड़े अपडेट हो जाते हैं, मतलब मैप्स नहीं लोकेशनस जिन्या भी थोड़ी रियल टाइम जिदा व्यूज जोड़े ने, शहर ने, सड़क ने, जिहड़े प्रो मोड वाले थोड़ा होर उन्होंने रियलिटी चैक करके थोड़ा बनाते हैं। तो वह प्रो मोड किया हुआ मैं इंस्टॉल, देखते हैं की डिफरेंस नज़र आते हैं। तो असी हूँ अगे निकलते हैं। अज ये सू दे रहे 14.30 यूरो, ये दे रहे सूँ 12.84। नहीं, आप 14.30 वाला करते हैं, फिर अगे वेखते हैं उतों निकलते हैं। बाद पैसे ज़्यादा मिल रहे हैं, यही लोड खड़ते हैं आप। चलो मित्रों टेक जॉब। ये जो मैं तुम्हें दसाया प्रो मोड्स 2.51, इनका वर्जन डाउनलोड किया मैं, लेटेस्ट है इन्हों का। ओ अगेन रात, फिर पावर ऑन करो पहला। दे एयर प्रेशर बिल्ड करिए आप, नजर लाइट्स ऑन करिए। कैब हम रात अंदरों तो दिखना नहीं, बाहरों देखते हैं लोड। चलो जी, ट्रक की एक बार पीटीआई कर लीए। मेरा ट्रक नेरा है, कुछ देख ही नहीं रहा। टायर टप्पा चेक कर लीए। चलो मित्रों पाइए गेयर, लगे बाबे का ना तो निकलिए इतों। एग्जिट किधर है इन्हों का? एग्जिट किधर आ? इधर है मेरे ख्याल एग्जिट इन्हों का। हाँ, थोड़ा इंटीरियर नज़र आने लगा लाइट के बच्चे आए। ट्रक बिल्कुल बेसिक जहा ही है, पुराना मॉडल। आवाज़ में क्यों हो गया? आ गई, आ गई बैग। मैं क्या कोई इशू हो गया जाब का? इधर कोई रिफाइनरी लगती मैनू। लेफ्ट टर्न, बिल्डिंग की लाइटा जग रही ने भी क्लियर। गड्डी आ रही है इधरों, इधरों क्लियर है। रुक भाई रुक, सानू मुड़ जाते पहला। करना पड़ेगा हाँ जी भाई। किदा किदा रात घूम डिया तू? दिन रात एक ही गल हो गई अजकल, लोग कितने सौंदे रात को।
ਨਹੀਂ ਅਜੇ ਲੈਂਜ਼ ਖਤਮ ਹੋ ਗਿਆ ਜੀ ਇੱਥੇ ਇੱਕ ਕ੍ਰੋਸ ਵਜਾ ਲੈਂਜ਼ ਦੇ ਉੱਤੇ ਮਤਲਬ ਕਿ ਖਤਮ ਹੋ ਗਿਆ ਕੁਝ ਲੋਕ ਮੈਨੂੰ ਕਹਿਣ ਡਿਆ ਵੀ ਹਿੰਦੀ ਬੋਲਿਆ ਕਰੋ ਭਾਅ ਜੀ ਹਿੰਦੀ ਮੈਨੂੰ ਠੀਕ ਹੈ ਹਿੰਦੀ ਇੰਨੀ ਆਉਂਦੀ ਆ ਪਰ ਇਹ ਨਹੀਂ ਕਹਿ ਸਕਦੇ ਕਿ ਬੜੀ ਪਰਫੈਕਟ ਹੁੰਦੀ ਹੈ ਪਰ ਪਤਾ ਨਹੀਂ ਮੇਰਾ ਮੈਂ ਸ਼ੁਰੂ ਤੋਂ ਨਹੀਂ ਮੈਨੂੰ ਬੋਲੀ ਨਹੀਂ ਕਦੀ ਹਿੰਦੀ A1 60 ਹੋਣੇ ਨੇ ਤਾਂ ਮੇਰੇ ਗੱਡੀ ਸਪੀਡ ਲਿਮਿਟ 100 ਆ ਗਈ ਹੈ ਵੀ ਸਾਡੇ ਤੇ ਹੋਈ ਰਖਾਵਾਂ ਤੇ ਨਹੀਂ ਹੁੰਦੀ ਉਹ ਭਰਾਵਾ ਲੈ ਸਪੀਡ ਜੱਟ ਕ੍ਰੋਸ ਹੋ ਜਾਂਦੀ ਹੈ ਇੱਥੋਂ ਅਸੀਂ ਹੋਣਾ ਹਾਈਵੇ 'ਤੇ ਮਰਜ ਇਹ ਥੋੜ੍ਹਾ ਜਿਹਾ ਫਰਕ ਹੈ ਇਹਦੇ ਵਿੱਚ ਮਤਲਬ ਜਿਹੜਾ ਪ੍ਰੋ ਮੋਡ ਤੇ ਇਹ ਥੋੜ੍ਹੇ ਜਿਹੇ ਫਾਇਦੇ ਹੈਗੇ ਵਿੱਚ ਜਿਵੇਂ ਹੁਣ ਸਾਡਾ ਐਂਟਰੈਂਸ ਰੈਂਪ ਐਗਜ਼ਿਟ ਰੈਂਪ ਥੋੜ੍ਹੇ ਲੰਬੇ ਨੇ ਨੋਰਮਲ ਗੇਮ ਖੇਡਾਂਗਾ ਤਾਂ ਸਾਨੂੰ ਫਟਾਫਟ ਹੀ ਸਾਨੂੰ ਐਂਟਰ ਹੋਣਾ ਪੈਂਦਾ ਹੈ ਹਾਈਵੇ 'ਤੇ ਮਰਜ ਹੋਣਾ ਪੈਂਦਾ ਹੈ ਕਾਫੀ ਫਰਕ ਹੈ ਪ੍ਰੋ ਮੋਡ ਦੇ ਵਿੱਚ ਜਿਹੜੇ ਵੀਰ ਮੇਰੇ ਖੇਡਦੇ ਨੇ ਗੇਮ ਜ਼ਰੂਰ ਟਰਾਈ ਕਰਨ ਪ੍ਰੋ ਮੋਡ ਫ੍ਰੀ ਹੈਗਾ ਹੈ ਉਹਦਾ ਕੋਲ ਵੀ ਪੈਸਾ ਲੱਗਦਾ ਹੈ ਅੱਛਾ A1 ਹਾਈਵੇ ਹੈ ਇਹ ਜਾਂਦਾ ਹੈ ਜਰਮਨੀ ਕੀ ਮਾੜਾ ਜਿਹਾ ਰੂਟ ਭਲਾ ਆਪਣਾ ਹਾਂ A1 ਸੱਦਾ ਸਾਲਜ਼ਬਰਗ ਥਣੀ ਹੋ ਗਏ ਮੋਨਿਸ਼ ਪਾਉਣ ਦਾ ਮੋਨਿਸ਼ ਓਕੇ ਕਾਫੀ ਕੰਟਰੀਜ਼ ਜਿਹੜੀਆਂ ਨੇ ਯੂਰਪੀਅਨ ਯੂਨੀਅਨ ਦੀਆਂ ਨੇ ਬਾਰਡਰ ਸਾਰੇ ਖੁੱਲ੍ਹੇ ਹੀ ਆ ਵੀ ਬਾਰਡਰ ਖੁੱਲ੍ਹਾ ਸਾਰਾ ਜਰਮਨੀ 'ਚ ਐਂਟਰ ਹੋ ਗਏ ਜੀ ਅਸੀਂ ਟਰੱਕ 'ਤੇ ਸਿੱਧਾ ਰੱਖ
ਦੇ ਬਾਈ ਬਾਂਗੜ ਉਹ ਵੀਰ ਨਿਕਲ ਲੱਗਦਾ ਸਾਨੂੰ ਇੱਧਰ ਨਿਕਲ ਜਾਣਾ ਚਾਹੀਦਾ ਲੈ ਲਓ ਅੱਗੇ ਭਸੂੜੀ ਪਾ ਕੇ ਬੈਠੇ ਹੀ ਬੱਸ ਵਾਲੇ ਨੇ ਗੱਡੀ ਠੋਕਤੀ ਉੱਧਰ ਇਹੋ ਹੀ ਐਂਟਰੈਂਸ ਵਾਲਿਆਂ ਦਾ ਕੰਮ ਹੁੰਦਾ ਹੈ ਰੋਡ 'ਤੇ ਚੜ੍ਹ ਲੱਗਾ ਹੋਣਾ ਆਹ ਵਾਲਵੋ ਠੋਕਦੀ ਅਗਲਿਆਂ ਵਾਲਵੋ ਦੀ ਗੱਡੀ ਸੀ ਚਲੋ ਲੱਗੇ ਰਹੋ ਮਜ਼ੇ ਕਰੋ ਇੱਥੇ ਹੁਣ ਨਹੀਂ ਨਾ ਗਰਦਨ ਕਿਤੇ ਫੜ ਕੇ ਉਹ ਤੇਰੀ ਤੇਰੀ ਮਾਣੇ ਚ ਏਅਰਪੋਰਟ ਇੱਧਰ ਆ ਵੀ ਜਾਣਕਾਰੀ ਲਈ ਦੱਸ ਦਈਏ ਰਾਤ ਭਰ ਨਹੀਂ ਜਾ ਰਹੇ ਜਿਹੜੇ ਬਾਹਰ ਦੇ ਆ ਉਹ ਨਹੀਂ ਲੱਭਦੇ ਚੰਗੀ ਤਰ੍ਹਾਂ ਯਾਰ ਇਹ ਪੰਗਾ ਟਨਲ ਆ ਗਈ ਅੱਗੇ ਲੈਫਟ ਲੇਨ ਓਹੋ ਹੋ ਹੋ ਲਾਈਟਾਂ ਬੜੀਆਂ ਪੈਂਦੀਆਂ ਸ਼ਹਿਰ 'ਚ ਕਦੇ ਹਾਂ ਲੈ ਗਿਆ ਕਿ ਨਹੀਂ ਪਤੰਦਰ ਖਿੱਚ ਕੇ ਮਿੰਟੋ ਮਿੰਟ ਹੀ ਹਰੀ ਬੱਤੀ ਦਾ ਫਾਇਦਾ ਲੈ ਗਿਆ ਅਗਲਾ ਅਸੀਂ ਵੀ ਆ ਹੀ ਗਿਆ ਸਾਡਾ ਜਿੱਥੇ ਪੁਆਇੰਟ ਆਪਾਂ ਲਾਉਣਾ ਹੈਗਾ ਮਾਲ ਚਾਵਲਾਂ ਨੇ ਰੋਡ ਹੀ ਬੰਦ ਕਰਤਾ ਅੱਗੋਂ ਸਾਡੇ ਵਾਸਤੇ ਕੋਈ ਨਹੀਂ ਅਸੀਂ ਕਿਹੜਾ ਜਾਣਾ ਵੀਰ ਅੱਗੇ ਹਾਂਜੀ ਰਹੀਏ ਚੈੱਕ ਇਨ ਇੱਥੇ ਚਲੋ ਜੀ ਚੈੱਕ ਇਨ ਤਾਂ ਹੋ ਗਿਆ ਆਪਣਾ ਨਿਕਲੀਏ ਹੁਣ ਲਾਈਏ ਗੱਡੀ ਟੋਪ 'ਤੇ ਕਿੰਨਾ ਨੰਬਰ ਟੋਪ ਹੈ 2 ਨੰਬਰ ਓਕੇ ਸਾਹਮਣੇ ਵੀ ਟ੍ਰੇਲਰ ਲੱਗੇ ਆ ਅਤੇ ਉੱਥੇ ਵੀ ਟ੍ਰੇਲਰ ਇੱਕ ਲੱਗਾ ਇਹ ਕਮਾ ਕੇ ਲਿਆਉਣਾ ਪੈਣਾ ਇਹਨੂੰ ਉੱਥੇ
ਜੀ ਹੈਗਾ ਆ। ਅੱਛਾ ਥੋੜ੍ਹਾ ਹੋਰ ਗਾਂ ਲੈ ਜੀ। ਸਲੋ ਐਂਡ ਸਟੱਡੀ, ਸਲੋ ਸਲੋ ਜਾਣ ਦਿਓ, ਸਲੋ ਸਲੋ। ਪਰਲੇ ਬੰਨੇ ਦੇ ਕੀ ਹਾਲ ਨੇ? ਥੋੜ੍ਹਾ ਜਿਹਾ ਗਾਂ ਲੈ ਲਈਏ। ਆਲਮੋਸਟ ਲੱਗ ਹੀ ਚੱਲਿਆ, ਥੋੜ੍ਹਾ ਅੱਗੇ ਲੈ ਲਈਏ। ਇੱਥੇ ਆਹ ਵਿੱਚ ਜਗ੍ਹਾ ਹੈਗੀ ਹੈ, ਅੱਗੇ ਇੱਥੇ ਸਿੱਧਾ ਕਰ ਲੈਂਦੇ ਹੁਣ। ਜ਼ਿਆਦਾ ਟਾਈਮ ਖਪਾਉਣ ਵਾਲਾ ਕੰਮ ਇਹੀ ਹੈ। ਇੱਥੇ ਕੋਈ ਜਾਣਦੇ ਜਾਣਦੇ ਕਰਨ ਵਾਲਾ ਵੀ ਹੈ ਨਹੀਂ ਨਾ ਹੁਣ। ਲਓ ਜੀ ਲਾ ਤਾ ਮਿੱਤਰਾਂ ਨੇ ਡੌਕ ਤੇ। ਹਾਂਜੀ ਕਰੀ ਆ ਨੋ ਕਿਨੂੰ ਗੇਟ ਗੂਟ ਖੋਲ ਦਈਏ ਵਿੱਚੋਂ। ਲਓ ਜੀ ਇਹ ਸੀ ਸਾਡਾ ਲੋਰਡ ਮੁਨਿਚ ਜਰਮਨੀ, ਐਕਸੀਲੈਂਟ ਦੇਤਾ ਅਗਲਿਆ 3381 ਯੂਰੋ, 302 XP ਹੋ ਗਿਆ। ਠੀਕ ਹੈ ਜੀ ਕਰਦੇ ਹਾਂ ਕੰਟੀਨਿਊ। ਪੈਸੇ ਸਾਡੇ ਕੋਲ ਹੋ ਗਿਆ 14799। ਕੁਝ ਈਮੇਲਸ ਵੀ ਆਈਆਂ ਨੇ ਵੀ ਚੈੱਕ ਕਰ ਲਈਏ। ਨਿਊ ਸਪੈਸ਼ਲ ਟਰਾਂਸਪੋਰਟ ਡਿਸਪੈਚਰ, ਅੱਛਾ ਸਕਿੱਲ ਬਿਹਾਇੰਡ ਦਾ ਵੀਲ ਫਾਰ ਸਮ ਸਪੈਸ਼ਲ ਡਿਲੀਵਰੀ ਜਸਟ ਸਪੈਸ਼ਲ ਟਰਾਂਸਪੋਰਟ, ਸਪੈਸ਼ਲ ਟਰਾਂਸਪੋਰਟ ਜੋ ਕਰਨਾ। ਅੱਛਾ ਜੀ ਸਪੈਸ਼ਲ ਟਰਾਂਸਪੋਰਟ, ਅਜੇ ਕਿੱਥੇ ਆਪਣਾ ਭਰਾਵਾ, ਅਜੇ ਤਾਂ ਅਸੀਂ ਨੌਕਰੀ ਕਰਨ ਜੋਗੇ ਹਾਂ। ਅੱਛਾ ਹੁਣ ਇੱਥੋਂ ਅੱਗੇ ਨਿਕਲੀਏ ਅਸੀਂ ਮੁਨਿਚ ਤੋਂ, ਇੱਧਰ ਨੂੰ ਚੱਲਦੇ ਹਾਂ ਨੌਰਥ ਵਾਲੀ ਸਾਈਡ ਨੂੰ। ਜੋਬ ਵੇਖਦੇ ਹਾਂ ਇੱਧਰ ਨੂੰ ਕਿਹੜੀ ਹੈਗੀ ਆ। ਜਰਮਨੀ ਕ੍ਰੋਸ ਕਰਾਂਗੇ, ਬੈਲਜੀਅਮ ਨੀਦਰਲੈਂਡ ਤੋਂ UK ਪਹੁੰਚਾਂਗੇ ਜੀ। ਇੱਧਰ ਹੀ ਚੱਲਦੇ ਹਾਂ, ਪੈਂਡਾ ਹੈਗਾ 486 ਕਿਲੋਮੀਟਰ, 7 ਘੰਟੇ 24 ਮਿੰਟ ਦਾ ਰਸਤਾ। ਵੈਕੋ ਟਰੱਕ 450 horsepower, 12 speed, ਠੀਕ ਹੈ ਕੋਈ ਗੱਲ ਨਹੀਂ। ਉੱਦਾਂ ਤਾਂ ਏਰੀਆਨਾ ਜਾ ਰਿਹਾ, ਲੀਨ ਜਾ ਰਿਹਾ ਨਹੀਂ, ਚਲੋ ਲਓ ਜੀ ਟੇਕ ਜੋਬ ਕਰਦੇ ਹਾਂ ਅੱਗੇ ਸਫ਼ਰ ਸ਼ੁਰੂ। ਯੂਰਪ ਤੋਂ ਨਿਕਲ ਕੇ UK ਪਹੁੰਚਦੇ, UK ਦੇਖਦੇ ਹਾਂ ਕਿਹੜੀ ਕਿਸ਼ਤ 'ਚ ਪਹੁੰਚਦੇ ਹਾਂ, ਫਿਰ ਮੇਰਾ ਲੱਗਦਾ UK ਜਾ ਕੇ ਟਰੱਕ ਪਾਵਾਂਗੇ।
ਉਹ ਇੱਕ ਦਿਨ ਰਾਤ ਆ ਜੇ ਅੱਛਾ GPS ਲੱਗਾ ਹੋਇਆ ਵਿੱਚ। ਵਾਹ ਜੀ ਵਾਹ, ਵਧੀਆ ਵਧੀਆ, ਓਲਡ ਸਟਾਈਲ ਬਟਨ ਇਹਦੇ 'ਚ ਵੀ। ਚਲੋ ਗੱਦਾ ਗੁੱਦਾ ਹੈਗਾ ਸਾਊਂਡ ਨੂੰ, ਬਸ ਠੀਕ ਹੈ। ਇਹ ਮਹਾਰਾਜ ਅਸੀਂ ਸਰਫ, ਇਹ ਜਗਾਈਆਂ ਲਾਈਟਾਂ। ਮੰਗਲਵਾਰ ਦਾ ਦਿਨ ਹੈ ਅੱਜ, 2:56 ਹੋ ਗਏ ਆ। ਇਹ ਕੀ ਕਹਿ ਰਿਹਾ, ਮਤਲਬ ਕਦੋਂ ਪਹੁੰਚਣਾ? ਇੱਕ ਮਿੰਟ ਜ਼ਰਾ ਭਾਈ, ਕਿੰਨਾ ਟਾਈਮ ਦੇ ਰਹੇ ਤੁਸੀਂ? ਐਕਸਪੈਕਟਡ ਹੈਗਾ ਮੰਗਲ ਤੋਂ ਬੁੱਧਵਾਰ। ਰੈਸਟ ਵੀ ਲੈਣੀ ਪੈਣੀ ਸਾਨੂੰ, ਕਿਉਂਕਿ ਗੱਡੀ ਜ਼ਿਆਦਾ ਚਲਾ ਨਹੀਂ ਸਕਦੇ ਆਪਾਂ ਲੌਗ ਬੁੱਕ ਦੇ ਵਿੱਚ। ਚਲੋ ਨਿਕਲੀਏ, ਨਿਕਲਣਾ ਕਿੱਧਰ ਨੂੰ ਆ? ਟਰੱਕ ਦੇ ਬਾਹਰ ਨਜ਼ਰ ਮਾਰ ਲਈਏ ਜਰਾ ਜਰਾ। ਉਹ ਡਬਲ ਟ੍ਰੇਲਰ, ਵਾਹ 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 ਵਾਹ। ਟਾਇਰ ਪਾਣੀ ਚੈੱਕ ਕਰ ਲਈਏ, ਓਕੇ ਆ। ਲਾਈਟਾਂ ਵੀ ਤਾਂ ਜਗ ਰਹੀਆਂ ਸਾਰੀਆਂ, ਟ੍ਰੇਲਰ ਦੀਆਂ ਵੀ ਜਗ ਰਹੀਆਂ। ਲੋਡ ਕਰਕੇ ਦੇ ਦਿੱਤਾ ਨੇ ਮਿੱਤਰਾਂ ਨੇ ਸਾਨੂੰ, ਅਤੇ ਅਸੀਂ ਹੁਣ ਨਿਕਲੀਏ ਬਹਿ ਬਹਿ ਕੇ। ਇੱਧਰ ਐਗਜਿਟ ਆ, ਚੱਲ ਬਈ ਜੱਗੂ ਸਿਆਂ। ਲੰਮੇ ਪੈਂਡੇ ਨੇ, ਟਾਈਮ ਨਾਲ ਹੀ ਤੁਰ ਪਈਏ। ਕਿੱਥੇ ਐਗਜਿਟ? ਅੱਛਾ ਹਾਂ, ਐਗਜਿਟ ਸਾਹਮਣੇ। ਪਿੱਛੋਂ ਲੱਗ ਨਾ ਜਾਈ ਕਿਸੇ ਨਾਲ, ਨਹੀਂ ਠੀਕ ਹੈ। ਟ੍ਰੇਲਰ ਲੰਮਾ ਯਾਰ, ਕਾਂ ਥੋੜ੍ਹਾ ਧਿਆਨ ਨਾਲ ਚੱਲਣਾ ਪੈਣਾ। ਇਹ ਆਪਣਾ ਫਸਟ ਟਾਈਮ ਹੈਗਾ ਏ ਡਬਲ ਟ੍ਰੇਲਰ। ਰੋਡ ਕਲੀਅਰ ਹੈ, ਕਲੀਅਰ ਹੈ, ਇੱਧਰ ਵੀ ਕਲੀਅਰ ਹੈ। ਟਾਈਟ ਟਰਨ ਹੈਗੀਆਂ ਅੱਗੇ, ਚਲੋ ਵੇਖਦੇ ਹਾਂ। ਇਸ ਸਵਾਰੀਆਂ ਬੱਸ ਅੱਡੀ ਕੱਢੀਆਂ, ਰਾਤ ਇੱਥੇ ਖਲੋ ਕੇ ਲੈ ਜਾਈਏ ਭਾ ਕੇ। ਆ ਜਾਓ ਵੀ ਜਾਣਾ ਤੇ ਘੁੰਮਦੀ ਹਰੀ ਉਹ ਖਿੱਚਦੀ ਹੈ ਕੰਮ। ਉਹ ਫਿਟੇ ਮੂੰਹ ਮੈਂ ਥੋੜ੍ਹੀ ਜਿਹੀ ਸੀਟ ਦੀ ਸੈਟਿੰਗ ਕਰ ਲਾਂ ਮਾੜੀ ਜੀ, ਇੱਕ ਤਾਂ ਇਹਨੂੰ ਸਹੀ ਕਰਾਂ, ਇਹਨੂੰ ਸਹੀ ਕਰੀਏ, ਸੀਟ ਪਿੱਛੇ ਕਰੀਏ ਥੋੜ੍ਹੀ ਜਿਹੀ, ਬਹੁਤੀ ਅੱਗੇ ਚਾੜੀ ਹੈ। ਹਾਂ ਹੁਣ ਠੀਕ ਲੱਗਦਾ, ਥੋੜ੍ਹਾ ਜਿਹਾ ਇੱਧਰ ਨੂੰ ਘੁਮਾਈਏ, ਠੀਕ ਹੈ। ਚਲ ਬਾਤੀ ਹੋ ਗਈ ਹਰੀ ਵੀ ਨਹੀਂ ਆਪਣੀ। ਕਰੋਨ ਕੰਪਨੀ ਹੈਗੀ, ਟਰਾਂਸਪੋਰਟ ਕੰਪਨੀ। ਚੱਲ ਬਈ ਮੁੜ ਜਾਏਗਾ, ਮੁੜ ਗਿਆ ਮੁੜ ਗਿਆ ਮੁੜ ਗਿਆ। ਓ ਓ ਓ ਮੁੜ ਹੀ ਗਿਆ। ਓਹੋ ਭਾਈ ਨਾ ਥੱਲੇ ਆ ਜਾਏ ਕਿਤੇ। ਚਲੋ ਵੀ ਪਾ ਦਿਓ ਟੋਪੋ ਟੋਪ ਗੇਅਰ, ਖਿੱਚੀ ਜਾਓ ਕੰਮ ਹੁਣ।
तेल भी पाउना पैना ते रेस्ट भी मारनी पैनी आ। जिहड़ा कितें रेस्ट पॉइंट आउंदा उत्थे ब्रेक मार लैंदे आ, नाले दिन चढ़ जाएगा, दिने दिने पहुँच जाएंगे। पिकअप चंगी है ट्रक की, पहला क्यों दसिया उन्हें पै चली ना पसूड़ी। ये चीज़ें का बड़ा ध्यान रखना पैंता एंट्री एग्जिट का। ਉੱਤੇ ਕਰਕੇ ਮੋੜਨਾ ਪੈਂਦਾ ਟਰਾਲਾ, ਡਬਲ ਟ੍ਰੇਲਰ ਆ। ਮਾਮੇ ਇੱਧਰ ਐਂਟਰ ਹੋਣਾ, ਤੇਰਾ ਕਿੱਦਾਂ ਲੋ ਜਾ ਹੁਣ ਲੇਟ ਹੋ ਗਿਆ ਵੀਰ। ਪੁਲਿਸ ਵਾਲਿਆਂ ਨੂੰ ਲਾ ਦਿੰਦੇ ਨੇ ਥੋੜ੍ਹੀ ਕਿਤਿਆਂ। ਨਹੀਂ ਭਰਾਵਾ, ਪੁਲਿਸ ਵਾਲਿਆਂ ਨੂੰ ਰਾਹ ਪਹਿਲਾਂ ਦੇਣਾ ਪੈਂਦਾ ਹੈ, ਅੱਗੇ ਜਾਣਾ ਕਿੱਥੇ ਆ, ਪਰਚੀ ਕੱਟ ਗਿਆ ਜੇ ਫੜਾ ਦੇਣੀ ਅਗਲਿਆਂ ਨੇ। ਇਹਦੇ ਵਿੱਚ ਸਾਡੀ ਗਲਤੀ ਨਹੀਂ ਸੀ, ਹੁਣ ਇੰਡੀਕੇਟਰ ਲੇਟ ਦਿੱਤਾ, ਹਾਲੇ ਪਹੁੰਚ ਗਿਆ ਟਾਈਮ ਨਹੀਂ ਵੇਖ, ਮਗਰ ਦਾਣੀ ਨੂੰ ਕੱਟਦੀ ਫਿਰ ਅੱਗੇ ਲਾ ਦਿੱਤੀ ਗੱਡੀ। ਇੱਦਾਂ ਨਾ ਕਰ ਮੇਰਾ ਵੀਰ, ਬਹੁਤ ਖੂਬਸੂਰਤ ਦਿਨ ਚੜ੍ਹਿਆ ਅੱਜ ਜਰਮਨੀ ਦੇ ਵਿੱਚ। ਬੜਾ ਵਧੀਆ ਨਜ਼ਾਰਾ ਬਾਹਰ ਵੀ, ਲਈਏ ਬਾਹਰ ਦਾ ਵਿਊ।
ਵੀ ਕੰਮ ਹੋ ਜਾਂਦੇ ਆ। ਅਸਲ 'ਚ ਸਾਈਨ ਬੋਰਡਾਂ ਵੱਲ ਧਿਆਨ ਨਹੀਂ ਨਾ ਦਿੰਦੇ ਜ਼ਿਆਦਾ ਅਸੀਂ। ਉਹ ਵੀਰ ਇਹ ਕੀ ਬਣਾਤਾ? ਇੱਕ ਮਿੰਟ ਯਾਰ, ਮੈਨੂੰ ਲੱਗਦਾ ਕੋਈ ਮਿਸ ਕਰ ਗਏ ਅਸੀਂ। ਓ ਮਾਈ ਗੋਡ, ਇਹ ਕੀ ਹੋ ਗਿਆ? ਇੱਥੋਂ ਐਗਜ਼ਿਟ ਹੋਣਾ ਸੀ ਬਿਲਕੁਲ ਸਹੀ ਸੀ, ਅਤੇ ਅਸੀਂ ਐਗਜ਼ਿਟ ਕਿਉਂ ਨਹੀਂ ਗਏ ਉੱਥੋਂ? ਇਹ ਕੀ ਰੂਟ, ਇਹ ਪਹਿਲਾਂ ਹੀ ਰੂਟ ਇੱਦਾਂ ਬਣਿਆ ਸੀ ਕਿ ਜਾਂ ਸਾਡੇ ਕੋਲ ਗਲਤੀ ਹੋ ਗਈ ਆ? ਇਹ ਐਗਜ਼ਿਟ ਮਿਸ ਕਰ ਗਏ ਅਸੀਂ ਯਾਰ, ਕਿਉਂ ਇੱਦਾਂ ਹੋ ਗਿਆ? ਹੁਣ ਅੱਗੋਂ ਕਿੱਥੋਂ ਟਰਨ ਕਰਕੇ ਲਿਆਵਾਂਗੇ ਟਰੱਕ? ਇੱਥੋਂ ਘੁਮਾ ਗਏ, ਇੱਥੋਂ ਘੁਮਾ ਗਏ, ਇੱਥੋਂ ਘੁਮਾ ਗਏ। ਸ਼ਿਟ ਯਾਰ, ਅੱਗੇ ਪੈਂਡਾ ਥੋੜ੍ਹਾ ਕਿਤੇ, ਮੈਨੂੰ ਸਮਝ ਨਹੀਂ ਆਈ ਯਾਰ ਉੱਥੇ ਨੈਵੀਗੇਸ਼ਨ ਨੇ, ਜਾਂ ਮੈਨੂੰ ਲੱਗਦਾ ਫਿਰ ਰਸਤੇ 'ਚ ਕੋਈ ਗੜਬੜ ਹੋਈ ਹੋਏਗੀ ਜ਼ਰੂਰ। ਚੱਲ ਭਰਾਵਾ, ਇੱਥੋਂ ਲੈ ਲੈਂਦੇ ਐਗਜ਼ਿਟ। ਓਏ ਆਹ ਕੀ ਹੈ ਯਾਰ, ਨਵੇਂ ਨਵੇਂ ਡਰਾਈਵਰਾਂ ਕੋਲ ਆਹ ਗਲਤੀਆਂ ਬਹੁਤ ਹੁੰਦੀਆਂ ਨੇ ਲੇਨਾਂ ਵਾਲੀਆਂ। ਅਸਲ ਦੇ ਵਿੱਚ ਡਰਾਈਵਿੰਗ ਇਹੋ ਹੀ ਆ, ਲੇਨ ਦੇ ਵਿੱਚ ਚੱਲਣਾ ਸਹੀ ਲੈਨ 'ਚ। ਉੱਦਾਂ ਤਾਂ ਗੱਡੀ ਸਾਰੇ ਭਜਾਈ ਫਿਰਦੇ ਰੋਡ ਦੇ ਉੱਤੇ, ਮਸਲਾ ਤਾਂ ਲੇਨਾਂ ਦਾ ਹੀ ਹੈ। ਚੜ੍ਹਾਈ ਪੈ ਗਈ ਚੜ੍ਹਾਈ, ਖਿੱਚ ਕੰਮ, ਖਿੱਚ 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 ਕੇ ਰੱਖ ਕੰਮ। ਇੱਥੋਂ ਆਉਣਾ ਸੀ ਐਗਜ਼ਿਟ, ਐਗਜ਼ਿਟ ਆਪਣਾ। ਓਕੇ ਨਾ ਪਰਾਂ ਜਾ ਲੈ ਲਓ। ਓਏ 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 ਓਏ, ਓ ਓ ਤੇਰੀ ਸ਼ਿਟ, ਬੜੀ ਮੁਸ਼ਕਿਲ ਬਚਾਅ ਹੋਇਆ ਓਏ। ਸਾਢੇ 6 ਹੋ ਗਏ, ਦਿਨ ਚੜ੍ਹ ਹੀ ਗਿਆ ਪੂਰਾ, 7 ਵਜੇ ਪੂਰੀ ਧੁੱਪ ਲੱਗੇ ਮੈਨੂੰ ਲੱਗਦਾ। ਹਲਕੀ ਹਲਕੀ ਬੱਦਲ ਬਾਈ, ਬੱਦਲ ਮਾੜੇ ਮੋਟੇ ਜਿਹੀ ਹੈ, ਕੋਈ ਖਾਸ ਨਹੀਂ ਹੈ। ਠੀਕ ਹੈ ਮੌਸਮ, ਕਿੱਦਾਂ ਮਰਸਡੀਜ਼ ਵਾਲੇ ਹੋ? MAN ਆ ਗਿਆ, ਇਹ ਟਰੱਕ ਮੈਨੂੰ ਬੜੇ ਪਸੰਦ ਆ MAN ਦੇ, ਥੋੜ੍ਹੇ ਰਫ ਟਫ ਜਿਹੇ ਹੁੰਦੇ ਆ। ਉਹ ਵੀ 32 ਫਾਇਰ ਬ੍ਰਿਗੇਡ ਖਲੋ ਗਈ ਅੱਗੇ ਆ ਗਏ। ਚੱਲ ਚੱਲ
ਨਾਲ ਹੀ ਨਹੀਂ ਥੱਲੇ ਉਤਰ ਜਾਣਾ ਫਿਰ। ਅੰਦਰ ਹੀ ਠੀਕ ਹੈ ਅਸੀਂ, ਬਾਹਰ ਵਾਲੇ ਚੱਕਰਾਂ 'ਚ ਕੰਮ ਖਰਾਬ ਹੋ ਜਾਂਦਾ। ਇਹ ਕਿਹੜੀ ਗੱਡੀ ਆ ਵੀ, ਕਰੈਟਾ ਵਰਗੀ ਲੱਗ ਰਹੀ ਹੈ। ਬੈਡ ਨੰਬਰ ਵੇ ਲਿਖਾਇਆ ਅਗਲੇ ਨੇ। ਆ ਗਏ ਜੀ ਫਿਰ ਉਸੇ ਹਾਈਵੇ 'ਤੇ ਮੁੜ ਕੇ, ਵਲਵਲੇਵੇਂ ਪਾ ਕੇ ਜਾਣਾ ਅੱਜ। ਧੋਖਾ ਦੇ ਰਿਹਾ ਮੈਨੂੰ ਲੱਗਦਾ ਅੱਜ, ਜਾਂ ਅਸੀਂ ਧੋਖਾ ਦੇ ਰਹੇ ਜੀਪੀਐਸ ਨੂੰ। ਹੁਣ ਪਤਾ ਨਹੀਂ ਇਹ ਲੇਨ ਫਿਰ ਨੈਗੇਟਿਵ ਹੋ ਜਾਏ ਉਹ ਜਿਹਾ ਗੱਡੀ ਵਾਲੇ ਭਾਊ। ਹਾਂ ਫਿਰ ਐਗਜਿਟ ਹੋ ਰਹੀ ਸੀ, ਆਪਾਂ ਐਗਜਿਟ ਹੀ ਹੋਣਾ। ਬਰਲਿਨ ਫੇਰ ਆ ਰਹੇ ਅੱਗੇ। ਓਕੇ ਹੁਣ ਆਪਾਂ ਇੱਥੇ ਮੈਂਸਿਟ ਰੈਂਪ ਤੋਂ ਬਹੁਤ ਸਲੋ ਲਿਆਉਣੀ ਪੈਂਦੀ ਗੱਡੀ। ਐਂ ਕਲੋਜ ਕੀਤਾ ਇਹਨਾਂ ਨੇ, ਵਾਲੀ ਲਾਈਨ ਠੀਕ ਹੈ। ਸਾਨੂੰ ਲਾਈਟਾਂ ਕਰ ਦਈਏ ਬੰਦ ਹੋਣ ਦੇ, 8 ਵਜੇ ਚੱਲੇ ਆ। ਇੱਥੇ ਹਾਈਵੇ ਦੋਨੋਂ ਵੱਖਰੇ ਵੱਖਰੇ ਹੋ ਗਏ, ਦੋਨਾਂ ਸਾਈਡਾਂ ਤੋਂ, ਦੋਨਾਂ ਪਹਾੜੀਆਂ ਦੇ ਉੱਤੋਂ ਉਹਦੀ ਘੁੰਮਾ ਕੇ ਹਾਈਵੇ ਬਣਾਇਆ ਇਹਨਾਂ ਨੇ। ਓਹ 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 ਓਹ
इधरली साइड सही चलता ट्रक। जंगल बियाबान बहुत खूबसूरत बने हुए हैं। एक ले जाना बंद पेटी। ये पता नहीं कहदे ट्रक होंगे यार। कोई नहीं, जो आप लोड मिलेगा फिर वेखेंगे ट्रेलर कड़ी चीज़ वास्ते होंगे। ये यूरोप के कुछ खास ही तरीके से ट्रेलर बनाए होंगे उन्होंने हर काम वास्ते। वो जा उड़ रहा उसे बड़ी तेज गया वो। दो सौ 66 किलोमीटर रह गए मित्रों, हूँ मारदे कि रेस्ट शहर के लागे जाके तो फिर करांगे डिलीवरी नूं। तो साढ़े को बहुत टाइम पिया हुआ अजे, साढ़े को पहुँचना है बुधवार, मतलब अज मंगलवार की रात को 12 बजे। 8 GPS सानू दस रहा है कि असी पहले ही पहुंच जाना जैसे स्पीड पर, इसका मतलब साढ़े को टाइम हैगा अजे। तेल वाली सुई भी थल्ले डिगदी जा रही है। ट्रक का पेचा नहीं खड़ना है, खिंची चल हाँ पुत। लै लो वो अगला दौड़ गया बंदा, आता उतर चलिया हो गया जी। आ गई के भी बहुत ने यूरोप के भरमार है, इन्हों की थान थान लग जा। ये क्या गया थ्रिंगिया, थ्रिंगिया ये की है भी। गड्डी ने काफी मल्ला मारिया ने, इतना मीटर वेखो जरा ओडो मीटर 6,55,000 840 हो गए थे।
ਸਾਡੀ ਵਾਰੀ ਆ ਗਈ ਹੁਣ ਐਗਜ਼ਿਟ ਹੋਣ ਦੀ। ਰੈਡ ਸੈਕਸੋਨੀਅਨ ਹਾਲਟ ਤੇ ਮਤਲਬ ਅਸੀਂ ਜਰਮਨੀ 'ਚ ਫਿਰ ਰਹੇ ਹਾਂ ਤੇ ਕੀ ਚੱਕਰ ਆ? ਜਰਮਨੀ ਦੇ ਵਿੱਚ ਵੀ ਅਲੱਗ ਅਲੱਗ ਹੈਗੇ ਨੇ ਪਾਰਟ ਜਾਂ ਸਟੇਟਸ ਨੇ ਮੇਰੇ ਖਿਆਲ ਨਾਲ। ਪਤਾ ਨਹੀਂ, ਚਲੋ ਜੋ ਵੀ ਆ, ਐਂ ਹੈਗਾ ਪੰਪ ਇੱਥੋਂ ਪਾਉਂਦੇ ਤੇਲ, ਜਾ ਕੇ ਇੱਥੇ ਰੈਸਟ ਮਾਰਾਂਗੇ। ਸੌ 58 ਕਿਲੋਮੀਟਰ ਰਹਿਣਾ ਰਹਿ ਗਿਆ ਸਾਰਾ। ਮੈਨੂੰ ਲੱਗਦਾ ਹੈ ਕਿ ਸਾਡਾ ਐਗਜ਼ਿਟ ਪੁਆਇੰਟ ਵੀ ਆ ਹੀ ਗਿਆ। ਬਹੁਤ ਸੋਹਣਾ ਯਾਰ, ਇੱਧਰ ਫੇਰ ਆਈਕੀਆ ਦਾ ਸਟੋਰ ਆ ਗਿਆ। ਆਪਣੇ ਇੰਡੀਆ 'ਚ ਵੀ ਆਈਕੀਆ ਆ ਗਈ ਹੁਣ। ਬਹੁਤ ਸਾਰੀਆਂ ਯੂਰੋਪੀਅਨ ਕੰਪਨੀਆਂ ਜਿਹੜੀਆਂ ਇੰਡੀਆ 'ਚ ਖੋਲ ਰਹੀਆਂ ਸਟੋਰ ਆਪਣੇ। ਸੂਰਜਮੁਖੀ ਲਾਇਆ ਇੱਧਰ ਚੰਗਾ ਕਿਸੇ ਜੱਟ ਨੇ। ਪਾਤੀ ਜੇ ਭਸੂੜੀ ਫੇਰ ਇਹ ਚੰਦ ਚਾੜਤਾ ਜੇ ਸਾਨੂੰ ਲੰਘਣ ਦੋਗੇ ਜਾਂ ਨਹੀਂ? ਲੰਘ ਤੇ ਜਾਵਾਂਗੇ ਵੈਸੇ, ਕੋਈ ਏਡੀ ਗੱਲ ਨਹੀਂ। ਤੇਰਾ ਪਲਾ ਜੇ ਦੋਰੀ ਕਰਤੀ ਗੱਡੀ ਫੜ ਕੇ, ਵਲਵੋ ਦੀ ਲੱਗ ਰਹੀ ਗੱਡੀ ਮੈਨੂੰ। ਕਿੱਦਾਂ ਭਰਾ ਬਚਾਅ ਹੋ ਗਿਆ? ਇਹ ਫਾਇਰ ਬ੍ਰਿਗੇਡ ਵਾਲਿਆਂ ਨੇ ਵੀ ਇੱਧਰ ਚਾੜਤੀ ਹੈ, ਠੁੱਕੀ ਬੈਰੀਅਰ। ਆਪਣਾ ਮੁੜ ਗਏ, ਬਸ ਮੁੜ ਗਿਆ ਮੁੜ ਗਿਆ ਮੁੜ ਗਿਆ। ਚਲੋ ਜੇ ਅੱਜ ਇੱਥੋਂ ਨਾ ਮੁੜਦੇ ਤਾਂ ਬਹੁਤ ਲੰਮਾ ਗੇੜਾ ਪੈ ਜਾਣਾ ਫਿਰ।
चलो शुक्रिया। हले हले ये कड़ा चेहरा आ रहा हले। हाँ ਆਉਣ ਲੱਗ ਪਈਆਂ ਹੁਣ ਕਾਫੀ ਕੁਫੀ ਪੀ ਲੈਂਦੇ ਵੈਸੇ ਕੱਪ ਇੱਕ ਤਾਂ ਸਹੀ ਰਹਿਣਾ ਹੈਗਾ। ਚਲੋ ਹੁਣ ਪਹੁੰਚ ਗਏ ਬੱਤੀ ਲਾ ਲਓ ਇੰਨੀ ਜਦੋਂ ਜਾਣਾ ਮੈਂ ਦੇ ਬੈੱਡ ਵਾਲਾ ਨਿਸ਼ਾਨ ਲਾਲ ਹੋ ਗਿਆ ਆਪਣਾ ਹੁਣ ਆਉਣ ਲੱਗ ਆਪਣੀ ਨੀਂਦ ਮੈਜ਼ਬਰਗ ਡਿਸਕਵਰਡ ਪ੍ਰੋ ਮਾਡਲ ਵਾਲੇ ਨਾਲ ਵਧੀਆ ਦਿੰਦੇ ਨਾਲ ਉੱਪਰ ਸਾਇੰਸ ਸੁਇੰਸ ਚੰਗਾ ਕਰਕੇ ਨਾਲੇ ਹਰ ਕੰਟਰੀ ਦਾ ਦੱਸਦੇ ਜੇ ਤੁਸੀਂ ਐਂਟਰ ਹੁੰਦੇ ਆ ਉੱਦਾਂ ਨੋਰਮਲ ਨੇ ਹੋ ਗਈ ਬੱਤੀ ਚੱਲ ਆ ਵੀ ਵਧੀਆ ਬਸ ਕਰ ਬਸ ਕਰ ਨਾ ਵਾਸੀਆਂ ਮਾਰ ਬਹੁਤੀਆਂ ਪਹੁੰਚ ਗਏ ਹੁਣ ਤੇ ਕਿਲੋਮੀਟਰ ਨਹੀਂ ਰਹਿ ਗਿਆ ਨਾਲੇ ਇਹਦਾ ਮੌਜ ਇਹ ਆ ਕਿ ਇਹਨੂੰ ਅਸੀਂ ਲਾਸਟ ਦੱਸਦਾ ਜਾਣਾ ਉਹ ਡਬਲ ਟ੍ਰੇਲਰ ਜਿਹੜਾ ਬੈਕ ਤੇ ਹੋਣਾ ਨਹੀਂ ਦੋ ਹਰੀ ਬੱਤੀ ਕਰਦੇ ਕਰਦੇ ਹਰੀ ਹੋ ਗਈ ਹੋ ਗਈ ਹੋ ਗਈ ਹੋ ਗਈ ਚਲੋ ਜੀ ਲਓ ਜੀ ਪਹੁੰਚ ਗਏ ਜੀ ਅਸੀਂ ਚੈੱਕ ਇਨ ਚੁੱਕਣ ਵਾਲਾ ਕਾਊਂਟਰ ਕਿੱਥੇ ਇਹਨਾਂ ਦਾ ਇੱਧਰ ਹੈ ਜਾਪਦਾ ਆਹ ਉੱਥੇ ਕਹਿੰਦੇ ਲਾ ਦਿਓ ਅਗਲੇ ਲਾ ਕਿੱਦਾਂ ਦਓ ਉੱਥੇ ਹੁਣ ਪੰਗਾ ਤੇ ਆ ਉੱਥੇ ਲਾਵਾਂਗੇ ਕਿੱਦਾਂ ਇਹਨੂੰ ਲੱਗ ਜਾਏਗਾ ਚਲੋ ਵੇਖਦੇ ਹਾਂ ਕੋਸ਼ਿਸ਼ ਕਰਕੇ ਉਹ ਭਰਾਵਾ ਕਿੱਥੇ ਲੱਗੀ ਤਾਂ ਆਏ ਨਹੀਂ ਇਹ ਗੇਮ ਦਾ ਇਹ ਬੜਾ ਮਸਲਾ ਯਾਰ ਗੱਡੀ ਤਾਂ ਲੱਗੀ ਨਹੀਂ ਕਿਤੇ ਕੀ ਗੱਲ ਹੋ ਗਈ ਗੱਡੀ ਬੰਦ ਹੋ ਗਈ ਹੁਣ ਆ ਜਾਵੇ ਪੂਰਾ ਇੱਥੇ
ਕੈਮਰਾ ਯਾਰ ਆਵਾ ਕੋ ਇੱਥੇ ਠੀਕ ਹੈ ਕੈਮਰਾ ਥੋੜ੍ਹਾ ਜਿਹਾ ਠਾਂ ਕਰਦੀ ਹੈ ਨਾ। ਨਾਲ ਲੱਗ ਰਹੀ ਨਹੀਂ ਹੈ ਪਰ ਉਹ ਪਤਾ ਨਹੀਂ ਗੇਮ 'ਚ ਕੀ ਸਿਸਟਮ ਹੈ, ਇੱਦਾਂ ਦਿਖਾ ਦਿੰਦੇ ਜਿੱਦਾਂ ਨਾਲ ਲੱਗ ਗਈ ਹੁੰਦੀ, ਹਿਲਾ ਦਿੰਦੇ ਫੜ ਕੇ ਪੂਰੀ ਬਾਡੀ ਨੂੰ। ਲਓ ਮਿੱਤਰੋ, ਟਰੱਕ ਅਸੀਂ ਕਰਤਾ ਪਾਰਕ, ਇਹਨੂੰ ਕਰੀਏ ਹੁਣ ਬੰਦ। ਲਵਾਈਏ ਮਾਲ ਤੇ ਹੋਈਏ ਵਿਹਲੇ ਇੱਥੋਂ। ਐਕਸਲੈਂਟ ਜੋਬ, ਥੈਂਕ ਯੂ ਥੈਂਕ ਯੂ। ਚਾੜ ਦੋ ਲੈਵਲ, ਆਓ ਬੱਲੇ, ਆਹ ਮਾਰਿਆ ਖਿੱਚ ਕੇ ਲੈਵਲ, ਲੈਵਲ 3 ਹੋ ਗਿਆ। ਪੈਸੇ ਆਪਣੇ ਕੋਲ ਕਿੰਨੇ ਹੋ ਗਏ ਹੁਣ? ਅੱਛਾ ਜੀ, ਆਪਾਂ ਕਰੀਏ ਹੁਣ ਲੌਂਗ ਡਿਸਟੈਂਸ ਕਿ ਜਾਂ ਆਪਾਂ ਲਈਏ। ਹਾਂ ਇਹਨਾਂ ਦੇ ਪੈਸੇ ਜ਼ਿਆਦਾ ਮਿਲਦੇ, ਐਕਸਪਲੋਸਿਵ ਵਗੈਰਾ ਜਿਹੜੇ ਹੁੰਦੇ, ਫਲੇਮੇਬਲ ਲਿਕੁਇਡ ਜਿਵੇਂ। 22,747 ਯੂਰੋ, ਠੀਕ ਆ। ਥੋੜ੍ਹੇ ਜਿਹੇ ਹੋਰ ਕਰ ਲਈਏ, ਅੱਧੇ ਕੁ ਅੱਧਾ ਕੁ ਬਾਅਦ ਲੋਨ ਕਰਾ ਲਾਂਗੇ ਅਸੀਂ। ਮੇਲ ਚੈੱਕ ਕਰ ਲਈਏ, ਵੀ ਕੈਨ ਹੈਲਪ। ਅੱਛਾ ਬੈਂਕ ਵਾਲਿਆਂ ਦੀ ਮੇਲ ਆ ਵੀ ਗਈ ਅਗਲਿਆਂ ਦੀ। ਲਓ ਜੀ, ਪੋਟੈਂਸ਼ੀਅਲ ਈਵਨ ਫਰਦਰ, ਯੂਅਰ ਕ੍ਰੈਡਿਟ ਲਿਮਿਟ ਹੈਜ਼ ਬੀਨ ਰੇਜ਼ਡ, 5 ਲੱਖ ਤੱਕ ਦੇ ਰਹੇ ਆ, ਫੀਲ ਫਰੀ ਟੂ ਡਰਾ ਫਰੋਮ ਮੇਲ। ਨਹੀਂ ਅਜੇ ਨਹੀਂ ਲੈਣਾ ਅਸੀਂ ਲੋਨ, ਲੋਨ ਅਸੀਂ ਲਵਾਂਗੇ ਇੰਗਲੈਂਡ ਜਾ ਕੇ। ਫਿਲਹਾਲ ਅਸੀਂ ਹੁਣ ਜਰਮਨੀ ਦੇ ਵਿੱਚ ਹੀ ਹਾਂ ਜੇ। ਇਹ ਪ੍ਰਾਗ ਦਿਖਾ ਦਿੰਦਾ ਕਿਉਂਕਿ ਆਪਣੀ ਮੇਨ ਸਿਟੀ ਯੂ ਹੀ ਪ੍ਰਾਗ, ਮੈਜਬਰਗ। ਇੱਥੋਂ ਹੁਣ ਇੱਧਰ ਨੂੰ ਨਿਕਲਦੇ ਹੋਏ ਨਿਕਲਾਂਗੇ ਬਾਹਰ, ਇੱਥੋਂ ਨੈਕਸਟ ਜੋਬ ਇੱਥੋਂ ਲਵਾਂਗੇ। ਇੱਥੋਂ ਜੋਬ ਕੋਈ ਹੈ ਨਹੀਂ ਅੱਜ ਨਾ ਵੀਰ, ਵਾਪਸ ਨਹੀਂ ਜਾਣਾ ਅਸੀਂ, ਇਹ ਕੰਮ ਨਹੀਂ ਕਰਨਾ ਨਾ ਬਈ ਨਾ। ਚਲੋ ਅੱਜ ਲਈ ਬਹੁਤ ਹੈ, ਇੰਨਾ ਹੀ। ਠੀਕ ਹੈ ਦੋਸਤੋ, ਚੈਨਲ ਨੂੰ ਕਰ ਦਿਉ ਫਟਾਫਟ ਸਬਸਕ੍ਰਾਈਬ, ਕਿਉਂਕਿ ਅੱਗੇ ਵੀ ਬਹੁਤ ਮਜ਼ਾ ਆਉਣ ਵਾਲਾ ਸਫ਼ਰ। ਗਾੜੀ ਜਾਵਾਂਗੇ ਇੰਗਲੈਂਡ, ਇੰਗਲੈਂਡ ਦਾ ਕਰਾਂਗੇ ਸਫ਼ਰ, ਇੰਗਲੈਂਡ ਤੋਂ ਸਕਾਟਲੈਂਡ ਪਰਾਂ ਆਇਰਲੈਂਡ ਵੇਖਾਂਗੇ ਉੱਪਰ ਹੋਰ ਮੈਪ ਦੇ ਵਿੱਚ, ਕਿਉਂਕਿ ਪ੍ਰੋ ਮੋਡ ਦੇ ਵਿੱਚ ਕਈ ਮੈਪ ਇਹੋ ਜਿਹੇ ਨੇ ਜਿਹੜੇ ਗੇਮ ਦੇ ਵਿੱਚ ਹੈ ਨਹੀਂ ਆ, ਜਿਵੇਂ ਮੈਂ ਤੁਹਾਨੂੰ ਦਿਖਾ ਦਿੰਦਾ ਉਦਾਂ ਚੱਲ ਕੇ। ਇੱਕ ਇਹ ਹੈਗਾ ਗ੍ਰੀਨਲੈਂਡ, ਆਪਾਂ ਗ੍ਰੀਨਲੈਂਡ ਵੀ ਜਾਵਾਂਗੇ, ਉੱਥੇ ਕਾਫ਼ੀ ਬਰਫ਼ ਪੈਂਦੀ ਹੈ। ਪਹਿਲਾਂ ਫਿਲਹਾਲ ਆਪਾਂ ਯੂਰਪ 'ਚੋਂ ਤਾਂ ਨਿਕਲੀਏ, ਇੱਧਰੋਂ ਇੱਥੋਂ ਨਿਕਲ ਕੇ ਇੱਧਰੋਂ ਦੀ ਸਕਾਟਲੈਂਡ ਥਾਨੀ ਹੁੰਦੇ ਹੋਏ ਟਾਪੂ ਹੈਗੇ ਨੇ ਕੁਛ, ਉੱਥੋਂ ਫੈਰੀ ਪੈਂਦੀਆਂ ਨੇ, ਫੈਰੀ ਲੈ ਕੇ ਗ੍ਰੀਨਲੈਂਡ ਪਹੁੰਚਾਂਗੇ ਅਸੀਂ, ਉੱਥੇ ਵੇਖਾਂਗੇ ਬਰਫ਼ ਦੇ ਨਜ਼ਾਰੇ। ਅਤੇ ਫਿਲਹਾਲ ਲਈ ਅੱਜ ਲਈ ਇੰਨਾ ਹੀ ਹੈ, ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਉ, ਵੇਖ ਕੇ ਦੱਸੋ ਕਿਵੇਂ ਦੀ ਲੱਗੀ ਆ ਅਤੇ ਆਪਣੇ ਸੁਝਾਅ ਜ਼ਰੂਰ ਦਿਓ। ਤਦ ਤੱਕ ਲਈ ਬਣੇ ਰਹੋ ਨਾਲ, ਧੰਨਵਾਦ।